6 साल पहला खरीदी जमीन का लिया कब्जा। जिला रोपड़ के पिंड चुक्की की वसनीक जसविंदर कौर पत्नी राम सिंह वालों 2014 में जमीन खरीदी सी, पर बेचण वाली धिर कब्जा नहीं दे रही सी, जिस नूं लै के रोपड़ की अदालत में केस चल रहा सी, जिस विच जमीन वेचण वाली धिर किसी भी तरीके पेश नहीं हुई और फैसला पहली धिर के हक में हो गया, जिस नूं तहसीलदार वालों बेचण वाले की जमीन विचों तबादला करके सड़क वाले पास जमीन दे दिती, जिस ते अज पुलिस की हाजिरी विच इस जमीन का कब्जा करा दिता गया, परंतु कब्जा करने तो बाद बेचण वाली धर ने स्टैंडर्ड स्टीयर लिया के कम रोक दिता। अगले हुक्मां तक कोई भी धिर उस उत्ते कोई भी छेड़छाड़ नहीं करेगी। नाम थोड़ा? मेरा राम सिंह है जी। राम सिंह जी, क्या चक्कर है, थोड़ी जमीन कदों ली सी, कि ना तो है? जमीन असं 2014 में ली थी जी। कि कौन ली सी? यह सुरिंदर सिंह छिंदे को ली थी जी। जी उदों उस टाइम के उत्ते जो जमीन ली सी उस टाइम के उत्ते उन्हें सानू पिछे जमीन देती, कहिंदा रास्ता दूंगा मैं 15 फुट। जी जी 8 साल हो गए जी उन्हें रास्ता नहीं दिता। जो रास्ता नहीं मिले असं तहसीलदार को चले गए केस कर लड़ने वास्ते, मतलब रास्ता लेने वास्ते। फिर तो उत्थे केस करता सी, रास्ते वास्ते ही केस करिया सी, असीं कोई इत्थे सड़क बनाने वास्ते नहीं सी करिया कि साडा इत्थे सड़क पर सानू ये जमीन की जरूरत नहीं। उत्थे सानू रास्ता नहीं मिलिया, असीं रास्ते का केस करता। फिर तहसीलदार साहब ने सारा कुछ चैक करके 20/3 नंबर चो सानू छिंदे का हिस्सा इत्थे कढ के दिता। जदों वो छिंदे का हिस्सा इत्थे सड़क के उत्ते आ गया, फिर असीं पुलिस दे कोल चले गए। ਤੁਹਾਨੂੰ ਆਰਡਰ ਕਰਤੇ ਤਹਿਸੀਲਦਾਰ ਨੇ? ਆਰਡਰ ਕਰਤਾ ਜੀ। ਅੱਛਾ, ਉਹਨਾਂ ਨੇ ਆ ਕੇ ਇੱਥੇ ਆਏ ਮੌਕੇ 'ਤੇ ਤਹਿਸੀਲਦਾਰ ਸਾਹਿਬ? ਤਹਿਸੀਲਦਾਰ ਸਾਹਿਬ ਨੇ ਇੱਥੇ ਕਾਨੂੰਗੋ ਅਤੇ ਪਟਵਾਰੀ ਨਿਸ਼ਾਨੀ ਲਾ ਕੇ ਗਏ ਸੀ। ਇਹਨਾਂ ਨੇ ਨਿਸ਼ਾਨੀਆਂ ਪੱਟ ਕੇ, ਜਿੱਦਣ ਪਟਵਾਰੀ ਨਿਸ਼ਾਨੀਆਂ ਲਾ ਕੇ ਉਹ ਚਲੇ ਗਏ, ਪਿੱਛੋਂ ਨਿਸ਼ਾਨੀਆਂ ਪੱਟਤੀਆਂ ਗੁਰਜੰਟ ਨੇ ਅਤੇ ਇੱਕ ਫੌਜੀ ਨੇ ਕਾਲੇ ਨੇ ਨਿਸ਼ਾਨੀਆਂ ਪੱਟੀਆਂ। ਅੱਛਾ, ਨਿਸ਼ਾਨੀਆਂ ਪੱਟ ਕੇ ਕਣਕ ਬੀਜਤੀ। ਅਸੀਂ 28 ਤਰੀਕ ਨੂੰ ਸਾਡੇ SSP ਸਾਹਿਬ ਦਾ ਪੇਸ਼ ਹੋ ਗਏ, SSP ਸਾਹਿਬ ਕੋਲ ਪੇਸ਼ ਹੋ ਕੇ ਉਹਨਾਂ ਨੇ ਸਾਨੂੰ ਕਹਿਤਾ ਵੀ ਤੁਸੀਂ ਮਤਲਬ ਉਹਨਾਂ ਸਾਨੂੰ ਸੈਨ ਕਰਕੇ ਜਾਓ ਪੁਲਿਸ ਕੋਲ, ਸਾਡੇ ਕਾਗਜ਼ ਭੇਜ ਕੇ ਅਸੀਂ ਥਾਣੇ ਵਿੱਚ ਆ ਗਏ ਭਾਜੀ ਨੂੰ ਕਬਜ਼ਾ ਲੈਣ ਵਾਸਤੇ। ਹਾਂਜੀ ਜੀ। ਨਹੀਂ ਅਸੀਂ ਜੀ ਇੱਥੇ ASI ਸੁਭਾਸ਼ ਦੇ ਕੋਲ ਭੇਜਿਆ ਜੀ ਸਾਨੂੰ। ਜੀ ਜੀ ਮਤਲਬ ਇਹਦੇ ਕੋਲ ਭੇਜ ਸੀਗਾ ਸਾਡਾ। ਅਤੇ SSP ਸਾਹਿਬ ਨੇ ਜਦੋਂ ਸਾਨੂੰ ਇਹ ਕਹਿਤਾ ਵੀ ਤੁਸੀਂ ਜਾ ਕੇ ਕਬਜ਼ਾ ਲੈ ਲਓ, ਫਿਰ ਅਸੀਂ ਇੱਥੇ ਆ ਗਏ। ਸਾਡੇ ਨਾਲ ਗੁੱਡੀਆਂ ਸਾਡੀਆਂ ਪੱਟਤੀਆਂ, ਕਣਕ ਬੀਜਤੀ, ਅਤੇ ਸਰ ਉਹ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਦੁਬਾਰਾ ਤਹਿਸੀਲਦਾਰ ਦੇ ਕੋਲ ਫਿਰ ਗਏ। ਫਿਰ ਅਸੀਂ ਸਰ DC ਨੂੰ ਵੀ ਐਪਲੀਕੇਸ਼ਨ ਦਿੱਤੀ। DC ਸਾਹਿਬ ਨੇ ਸਾਡੇ ਉਸੇ ਟਾਈਮ ਦੇ ਉੱਤੇ ਮੈਂ ਅਤੇ ਮੇਰਾ JC ਨਾਲ ਅਤੇ ਉਹਨਾਂ ਨੇ ਸੈਨ ਕਰਕੇ ਦਿੱਤੇ, ਜਾਓ ਕਹਿੰਦੇ ਤੁਸੀਂ ਆਪਣਾ ਕਬਜ਼ਾ, ਅਤੇ ਪੁਲਿਸ ਕਹਿੰਦਾ ਪ੍ਰੋਟੈਕਸ਼ਨ ਤੁਹਾਨੂੰ ਨਾਲ ਦੇਵਾਂਗੇ ਜੀ। ਹੁਣ ਸਰ ਪੁਲਿਸ ਪ੍ਰੋਟੈਕਸ਼ਨ ਦਾ ਸਾਨੂੰ ਮਤਲਬ ਹੁਣ ਬਾਅਦ 'ਚ ਆਏ ਹਾਂ ਜੀ ਪੁਲਿਸ ਵਾਲੇ ਤਾਂ ਪ੍ਰੋਟੈਕਸ਼ਨ ਨਾਲ ਤੁਸੀਂ ਕਬਜ਼ਾ ਲੈ ਲਿਆ? ਹਾਂਜੀ, ਪ੍ਰੋਟੈਕਸ਼ਨ ਹੁਣ ਪੁਲਿਸ ਪ੍ਰੋਟੈਕਸ਼ਨ ਖੜੀ ਹੈ ਜੀ, ਨਾਲ ਆ ਗਈ ਅਤੇ ਹੁਣ ਕਬਜ਼ਾ ਮੇਰੀ ਬੇਟੀ ਨੂੰ 20 ਸਾਲ ਹੋ ਗਏ ਜੀ ਘਰ ਬੈਠੀ ਨੂੰ ਮੇਰੀ ਜੀ। ਹੁਣ ਮਤਲਬ ਓਏ ਰਾਜੂ, ਅਤੇ ਜਦੋਂ ਨਾ ਮਤਲਬ ਇਹਨਾਂ ਉਹ ਕਰਿਆ ਤਾਂ ਫਿਰ ਉਹਨੇ ਸਾਡੀ ਉਹ ਕਰਤਾ, ਮਤਲਬ ਉਹਨੇ DC ਨੇ ਔਰਡਰ ਦਿੱਤੇ, ਹੁਣ ਪੁਲਿਸ ਵੀ ਆ ਗਈ, DC ਦੇ ਤਹਿਸੀਲਦਾਰ ਦੇ ਔਰਡਰ ਸਾਡੇ ਕੋਲ ਹੈ ਜੀ, ਫਿਰ ਵੀ ਸਾਨੂੰ ਆ ਕੇ ਰੋਕ ਰਹੇ ਜੀ। ਹੁਣ ਸਾਡੇ ਮਿਸਤਰੀ ਵੀ ਭਜਾ ਦਿੱਤੇ ਇੱਥੇ, ਅਤੇ ਹੁਣ ਅਸੀਂ ਆਪਣੇ ਆਪ ਹੀ ਕਹਿੰਦਾ ਕਰਨ ਬਿਨਾਂ ਮਿਸਤਰੀਆਂ ਤੋਂ ਕਹਿੰਦਾ ਕਰ ਰਹੇ ਜੀ ਬੀਜੀਆਂ ਜਿਹੜੀਆਂ। ਯਾਨੀ ਕਿ ਤੁਹਾਨੂੰ ਪੁਲਿਸ ਨੇ ਨਾਲ ਪੁੱਟ ਲਿਆ ਕੇ ਕਬਜ਼ਾ ਦਵਾਤਾ? ਹਾਂਜੀ, ਪੁਲਿਸ ਨੇ ਨਾਲ ਜਾ ਕੇ ਕਬਜ਼ਾ ਦਵਾ ਰਹੀ ਹੈ ਜੀ, ਪੁਲਿਸ ਖੜੀ ਹੈ ਹਲੇ ਕੋਲ ਸਾਡੇ। ਠੀਕ ਹੈ। ਹਾਂਜੀ ਸੁਰੇਸ਼ ਸੁਭਾਸ਼ ਜੀ, ਕੀ ਮਾਮਲਾ ਸੀ ਸਾਰਾ, ਤੁਸੀਂ ਦੇਖ ਰਹੇ ਹੋ? ਸਰ ਸਾਡੇ ਕੋਲ ਦਰਖਾਸਤ ਆਏ ਸੀ ਰਾਮ ਸਿੰਘ ਵੱਲੋਂ ਕਿ ਮੈਂ ਇੱਥੇ 10 ਮਰਲੇ ਜ਼ਮੀਨ ਖਰੀਦੀ ਸੰਪਰ ਚੌਕੀ ਵਿਖੇ ਜੀ, ਕਿ ਮੈਨੂੰ ਕਬਜ਼ਾ ਨਹੀਂ ਮਿਲ ਰਿਹਾ, ਮੈਨੂੰ ਮਲਾਈ ਨੂੰ 8 ਸਾਲ ਹੋ ਗਏ। ਫਿਰ ਉਹਨਾਂ ਨੇ ਕੋਰਟ ਕੇਸ ਪਾਇਆ, ਫਿਰ ਮਾਲ ਮਹਿਕਮੇ ਨੇ ਪੂਰੀ ਤਕਸੀਮ ਕਰਨ ਤੋਂ ਬਾਅਦ ਇਹਨਾਂ ਦੀ ਨਿਸ਼ਾਨਦੇਹੀ ਕਰਤੀ ਸੀ ਜੀ, ਅਤੇ ਇਹ ਸਾਡੇ ਕੋਲ ਵਾਰ ਵਾਰ ਆ ਰਹੇ ਸੀ ਸਾਨੂੰ ਕਬਜ਼ਾ ਦਵਾ ਜੀ, ਜਗ੍ਹਾ ਇਹਨਾਂ ਦੀ ਸੀ। ਤਾਂ ਅੱਜ ਇਹ ਆਪਣੀ ਇੱਥੇ ਅਸਾਰੀ ਕਰ ਰਹੇ ਆ, ਸਾਨੂੰ ਫੋਨ ਪਤਾ ਚੱਲਿਆ ਵੀ ਇਹਨਾਂ ਨੂੰ ਕੋਈ ਰੋਕ ਰਿਹਾ, ਤਾਂ ਅਸੀਂ ਹਾਲਾਤ ਖਰਾਬ ਹੋਣ ਤਾਂ ਮੌਕੇ 'ਤੇ ਅਸੀਂ
ठीक है जी। संपर्क करो एएस पठा रंगीलपुर रोड पदल घर पहुंचाने की पूरी जिम्मेवारी। इट्टा मंगवाने लिए इन नंबर से संपर्क करो 9165 2789 98 776 2476।